ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ। ਆਪਾਂ ਇਸ ਟਾਈਮ ਖੜ੍ਹੇ ਹਾਂ ਘੱਗਾ ਅਨਾਜ ਮੰਡੀ ਦੇ ਵਿੱਚ, ਜੋ ਮੈਨੀ ਟ੍ਰੇਡਿੰਗ ਦੇ ਉੱਤੇ ਜੋ ਵਿਸ਼ਾ ਬਣਿਆ ਕਿ ਉਹਨਾਂ ਦੀ ਬੋਰੀਆਂ ਦੇ ਵਿੱਚੋਂ ਪੱਥਰ ਨਿਕਲੇ ਨੇ ਅਤੇ ਪੱਥਰ ਕਿਹਨੇ ਪਾਏ ਨੇ, ਕਿਵੇਂ ਨਿਕਲੇ ਨੇ, ਇਹ ਜਾਣਕਾਰੀ ਦਾ ਵਿਸ਼ਾ ਬਣ ਚੁੱਕਿਆ ਹੈ। ਅਤੇ ਆਪਾਂ ਪਤਾ ਕਰਾਂਗੇ ਵੀ ਇਹ ਮੈਨੀ ਜੀ ਨਾਲ ਵੀ ਗੱਲਬਾਤ ਕਰਾਂਗੇ, ਆਪਣੇ ਪੱਖ ਦੇ ਵਿੱਚ ਕੀ ਗੱਲਬਾਤ ਰੱਖਦੇ ਨੇ। ਦੇਖਦੇ ਹਾਂ ਅੱਗੇ ਸਾਡੇ ਨਾਲ ਜੁੜੇ ਰਹੋ ਜਨਤਾ ਦੀ ਆਵਾਜ਼। ਅਤੇ ਦੇਖਦੇ ਹਾਂ ਸਰ ਕੀ ਬਿਆਨ ਦੇਣਾ ਚਾਹੁੰਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਜੋ ਆਪਣੇ ਮੈਨੀ ਇਲੈਕਟ੍ਰਸ ਦੇ ਵਿੱਚ ਜੋ ਨਿਕਲੀ ਹੈ ਬੋਰੀਆਂ ਦੇ ਵਿੱਚ ਪੱਥਰ ਨਿਕਲੇ ਨੇ, ਅਤੇ ਉਹਦਾ ਕੀ ਕਾਰਨ ਰਹੇ ਨੇ ਜੀ, ਕੀ ਮਾਮਲਾ ਤੁਸੀਂ? ਇਹ ਜੀ ਸਾਡੀ ਲਾਇਸੈਂਸੀ ਫਰਮ ਹੈ ਜੀ, ਮੈਨੀ ਟ੍ਰੇਡਿੰਗ ਕੰਪਨੀ ਘੱਗਾ। ਇਹ ਆੜਤ ਦਾ ਕੰਮ ਕਰਦੇ ਨੇ ਜੀ। ਕੱਲ੍ਹ ਇੰਸਪੈਕਟਰ ਵੱਲੋਂ ਸਾਨੂੰ ਲਿਖਤੀ ਤੌਰ 'ਤੇ ਦੱਸਿਆ ਗਿਆ ਕਿ ਗੱਡੀ ਭਰਾਈ ਕਰਦੇ ਸਮੇਂ ਉਹਦੀਆਂ ਬੋਰੀਆਂ 'ਚੋਂ ਪੱਥਰ ਨਿਕਲੇ ਨੇ, ਅਤੇ ਇੰਸਪੈਕਟਰ ਨੇ ਲਿਖ ਕੇ ਦਿੱਤਾ ਵੀ ਇਹ ਪੱਥਰ ਨਿਕਲੇ ਨੇ, ਇਹ ਇਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੋ ਇਹਨੂੰ ਮੈਂ ਮੈਨੀ ਟ੍ਰੇਡਿੰਗ ਕੰਪਨੀ ਘੱਗਾ ਨੂੰ ਕੱਲ੍ਹ ਆਪਣੇ ਵੱਲੋਂ ਨੋਟਿਸ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜੀ, ਜਿਸਦਾ ਉਹਨੂੰ 24 ਘੰਟਿਆਂ 'ਚ ਜਵਾਬ ਦੇਣ ਲਈ ਲਿਖਿਆ ਗਿਆ ਸੀਗਾ। ਉਸਦਾ ਅੱਜ ਜਵਾਬ ਆ ਗਿਆ। ਸੋ ਜਵਾਬ ਤਸੱਲੀ ਬਖਸ਼ ਨਾ ਹੋਣ ਦੀ ਵਜ੍ਹਾ ਕਰਕੇ ਮਾਣਯੋਗ SDM ਸਾਹਿਬ ਨੇ ਉਹਦਾ ਲਾਇਸੈਂਸ 15 ਦਿਨ ਲਈ ਸਸਪੈਂਡ ਕਰ ਦਿੱਤਾ ਜੀ। ਸਰ ਅੱਗੇ ਫਿਰ ਕੋਈ ਕਾਰਵਾਈ ਹੁਣ ਵੀ ਚੱਲ ਰਹੀ ਹੈ ਉਹਨਾਂ ਦੇ ਪ੍ਰਤੀ? ਹਾਂਜੀ, ਅੱਗੇ ਉਹਨਾਂ ਦੀ ਕਾਰਵਾਈ, ਖਰੀਦ ਏਜੰਸੀਆਂ ਜਿਨ੍ਹਾਂ ਨੇ ਮਾਲ ਖਰੀਦਿਆ ਉਹ ਆਪਣੇ ਪੱਧਰ 'ਤੇ ਕਾਰਵਾਈ ਕਰ ਰਹੇ ਨੇ। ਜੋ ਸਾਡੇ ਮਾਰਕੀਟ ਕਮੇਟੀ ਦੇ ਪੱਧਰ 'ਤੇ ਕਾਰਵਾਈ ਸੀ ਉਹ ਅਸੀਂ ਕਰ ਚੁੱਕੇ ਹਾਂ ਜੀ। ਜੀ ਇਹ ਸਰ ਗਿਣਤੀ ਉਹਨਾਂ ਕੋਲ ਹੀ ਆ, ਪੰਜਸਪ ਦੇ ਇੰਸਪੈਕਟਰਾਂ ਕੋਲ। ਜੀ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸਰ।